ਦੇਖੋ ਜੀ ਮਤਲਬ ਛੋਟੀ ਜਿਹੀ ਬ੍ਰੇਕ ਕਹਿ ਕੇ ਜਾਂਦੇ ਤੇ ਛੋਟੀ ਜਿਹੀ ਬ੍ਰੇਕ ਚ ਆ ਜਾਂਦੇ ਆਪਾਂ ਮਤਲਬ ਵਾਅਦਾ ਪੂਰਾ ਐਨ ਪੱਕਾ ਕਰੀਦਾ ਸਾਡੇ ਕੋਈ ਝੂਠੇ ਵਾਅਦੇ ਨਹੀਂ ਹੈਗੇ ਬਿਲਕੁਲ ਐਨ ਪੱਕਾ ਵਾਅਦਾ ਛੋਟੀ ਜਿਹੀ ਬ੍ਰੇਕ ਲਓ ਛੋਟੀ ਜਿਹੀ ਬ੍ਰੇਕ ਤੋਂ ਅਸੀਂ ਮਤਲਬ ਕਈ ਵਾਰੀ ਤਾਂ ਇੰਨੀ ਛੋਟੀ ਬ੍ਰੇਕ ਵੀ ਲੈ ਲੈਂਦੇ ਤਾਂ ਵੀ ਬਾਰਾ ਖਾ ਜਾਂਦਾ ਸਾਡਾ ਕਿਉਂ ਬਈ ਇਹ ਜ਼ਿੰਦਗੀ ਹੈ ਸਾਹਿਬ ਹੈਂ ਇਹ ਜ਼ਿੰਦਗੀ ਉਹ ਬਣਾ ਲਓ ਮਾਹੌਲ ਬਣਾ ਲਓ ਜੀ ਮਾਹੌਲ ਮੈਂ ਤੈਨੂੰ ਚਪੇੜਾ ਮਾਰ ਕੇ ਨਾ ਬਣਾ ਲਵਾਂ ਇੱਥੇ ਬਣ ਗਿਆ ਬਣ ਗਿਆ ਤਾੜਾ ਹੋਏਗਾ ਤੇ ਪਤਾ ਲੱਗੇ ਸ਼ਤਾੜੀਆਂ ਵੱਜਣ ਡਈਆਂ ਆਮਦ ਹੋ ਲੱਗੀ ਸ਼ੇਰ ਆਮਦ ਸੁਣੋ ਜੀ ਸੁਣੋ ਮਰਦੇ ਮਰਦੇ ਨੂੰ ਆਮਦ ਹੀ ਹੋਣੀ ਆਮਦਨ ਹੀ ਹੋਣੀ ਉਸ ਦਿਨ ਤੂੰ ਉਹ ਕਰਨ ਡਿਆ ਸੀ ਕੀ ਕਹਿੰਦੇ ਉਹਨੂੰ ਕੀ ਕਹਿੰਦੇ ਅਰਜ਼ ਕੀਤਾ ਸੀ ਇਹਨੇ ਅੱਜ ਨੂੰ ਆਮਦਨ ਨੂੰ ਅਰਜ਼ ਆਮਦਨ ਹੋ ਲੱਗੀ ਹੈ ਨਹੀਂ ਅਰਜ਼ ਅਰਜ਼ ਆਮਦ ਹੋ ਰਹੀ ਹੈ ਅਰਜ਼ ਉੱਥੇ ਕਰਦੇ ਜੇ ਆਮਦ ਵਾਲ ਮੰਨ ਹੋ ਰਿਹਾ ਤੇ ਅਰਜ਼ ਕਰਨ ਲੱਗਾ ਪੇਸ਼ ਅਰਜ਼ ਹਾਂ ਪੇਸ਼ ਨਹੀਂ ਹੁੰਦਾ ਅਰਜ਼ ਕਰਨ ਲੱਗਾ ਮਰਜ਼ੀ ਨਾਲ ਰੈਪ ਸੁਣਨ ਲੱਗਾ ਪੇਸ਼ ਕਰਨ ਲੱਗਾ ਪੇਸ਼ ਬੱਬਾ ਅਰਜ਼ ਅਰਜ਼ ਕੀਆ ਹੈ ਅਰਜ਼ ਕੀਆ ਹੈ ਦੋ ਦੋ ਰੁਪਏ ਜਿਹੜੇ ਹੈਗੇ ਤੁਹਾਡੇ ਕੰਮ ਮਕਾਓ ਵਿੱਚ ਕੀ ਗੱਲ ਅੱਛਾ ਅਰਜ਼ ਸ਼ੇਰ ਸ਼ੇਰ ਆਉਂਦੇ ਹੋ ਉਹ ਬਣਾਣਾ ਮੋਲ ਬਣ ਗਿਆ ਚੱਲ ਸੁਣਾ ਬਣ ਗਿਆ ਅਰਜ਼ ਕੀਆ ਹੈ ਹੂੰ ਇਹ ਜ਼ਿੰਦਗੀ ਹੈ ਸਾਹਿਬ ਕਿੰਨਾ ਹਾਂ ਜ਼ਿੰਦਗੀ ਹੈ ਸਾਹਿਬ ਆਏ ਹੋਏ ਦੀ ਲੋੜ ਨਹੀਂ ਮੈਨੂੰ ਹੋਏ ਦੀ ਵੀ ਨਹੀਂ ਹੈਗੀ ਨਾ ਤੇ ਹੋਏ ਦੀ ਤਾਂ ਦੇਖ ਲੈ ਹੋਏ ਦੀ ਤਾਂ ਸ਼ਾਇਦ ਦੋ ਤਿੰਨ ਵਾਰੀ ਹੋਏ ਨਹੀਂ ਹਾਂ ਕੋਈ ਲੋੜ ਨਹੀਂ ਤੇਰੇ ਸਾਊਂਡ ਦੀ ਸਾਊਂਡ ਚੱਲ 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 ਅਰਜ਼ ਕੀ ਹੈ ਇਹ ਅਰਜ਼ ਮਨਾਲੀ ਚ ਕੀਤਾ ਬੜੀ ਠੰਡ ਲੱਗਣ ਡਈ ਹੈ ਅਰਜ਼ ਇੱਥੇ ਮਹੱਲੇ ਚ ਕਰਨ ਡਿਆ ਆਰਾਮ ਨਾਲ ਕਰ ਲੈ ਖੁੱਲ ਕੇ ਬਹੁਤ ਅੱਛਾ ਅਰਜ਼ ਕੀ ਹੈ ਇਹ ਵੀ ਹੁਣ ਅਖਾੜੇ ਚ ਵੜ ਗਿਆ ਲਓ ਜੀ ਅਰਜ਼ ਕੀਤਾ ਹੁਣ ਪਿਓ ਦਾ ਕੋਈ ਤੇ ਆਵੇ ਸਾਹਮਣੇ ਅਰਜ਼ ਆਹੀ ਆਪਣੇ ਸਾ ਇਹ ਕੀ ਹੋਇਆ ਪੁੱਤਰ ਆ ਅੰਦਾਜ਼ ਹੁੰਦਾ ਸ਼ਾਇਰਾਂ ਦਾ ਸ਼ਾਇਰ ਦਾ ਹਾਂ ਹਾਂ ਬੜੇ ਪਿਆਰ ਨਾਲ ਲੋ ਜੀ ਹੁਣ ਮੈਂ ਸ਼ੇਰ ਅਰਜ਼ ਕਰਨ ਜਾ ਰਿਹਾ ਲੋ ਜੀ ਮੈਂ ਹੁਣ ਸ਼ੇਰ ਅਰਜ਼ ਕਰਨ ਜਾ ਰਿਹਾ ਅਰਜ਼ ਕੀਤਾ ਹੈ ਗੌਰ ਫਰਮਾਣਾ ਗੌਰ ਫਰਮਾਣਾ ਅੱਗੇ ਸ਼ੇਰ ਸ਼ੁਰੂ ਕਰ ਦੇਣਾ ਇਹ ਜ਼ਿੰਦਗੀ ਹੈ ਸਾਹਿਬ ਪੁੱਤਰ ਪਹਿਲੇ ਵਾਲਾ ਪਾਰਟ ਨੂੰ ਸਿੱਖਿਆ ਦੁਬਾਰਾ ਬੋਲਣਾ ਉਹ ਰਿਹਸਲ ਕੀਤੀ ਹੈ ਤੇ ਥੋੜਾ ਇੱਕ ਵਾਰੀ ਫਲੋ ਚ ਤੇ ਆ ਲੋ ਜੀ ਇੱਕ ਮੈਂ ਸ਼ੇਰ ਅਰਜ਼ ਕਰ ਲਗਾ ਮਾੜਾ ਜਿਹਾ ਗੌਰ ਦੇ ਆਏ ਕਿੰਨਾ ਕੁ ਸਾਰਾ ਹੀ ਦੇ ਦਿਓ ਇਹ ਤੂੰ ਮਾੜਾ ਜਿਹਾ ਮੰਗਿਆ ਸੀ ਨਾ ਪਹਿਲਾਂ ਨਹੀਂ ਮਤਲਬ ਧਿਆਨ ਸਾਰਾ ਦੇ ਦਿਓ ਚੱਲ ਇਹ ਜ਼ਿੰਦਗੀ ਹੈ ਸਾਹਿਬ ਅੱਛਾ ਜਦੋਂ ਕਹਿੰਦੇ ਨੇ ਜੇ ਜ਼ਿੰਦਗੀ ਹੈ ਸਾਹਿਬ ਐਂ ਲੱਗਦਾ ਰਕਸ਼ੇ ਵਾਲਾ ਹੈ ਸਾਹਿਬ ਜ਼ਿੰਦਗੀ ਹੈ ਇਹੀ ਚਲਾ ਕੇ ਕਮਾਤੇ ਕਾ ਖਾਏ ਮਰ ਗਏ ਹੈ ਪਾਪੀ ਪੂਏ ਪੇ ਮਿਹਨਤ ਹੁੰਦੀ ਉਹ ਵੀ ਮੈਨੂੰ ਹੁਣ ਮੇਰੀ ਮਿਹਨਤ ਸੁਣਾਉਣ ਦੇ ਹੋ ਗਏ ਹਾਂ ਪਲੀਜ਼ ਪਲੀਜ਼ ਜਿਹੜੀ ਕੀਤੀ ਹੈ ਹਾਂ ਇਹ ਜ਼ਿੰਦਗੀ ਹੈ ਸਾਹਿਬ ਹਾਂ ਉਲਝੇਂਗੇ ਨਹੀਂ ਤਾਂ ਸੁਲਝੇਂਗੇ ਕੈਸੇ ਆਹ ਹਾਂ ਹਾਂ ਬਿਖਰੇਂਗੇ ਨਹੀਂ ਤਾਂ ਫਿਰ ਵੀ ਸੁਲਝੇਂਗੇ ਕੈਸੇ ਆਹ ਹਾਂ ਇਹ ਹੈਂਡਲ ਹੀ ਲੈਣ ਚ ਕਿਉਂ ਕੱਢ ਦਿੰਦਾ ਤੂੰ ਉਹ ਤੈਨੂੰ ਖੁਸ਼ੀ ਹੁੰਦੀ ਹੈ ਨਾ ਕਿ ਪੂਰਾ ਹੋ ਗਿਆ ਤਾਂ ਹੱਸ ਪੈਣਾ ਨਾ ਪੁੱਤਰ ਕਿਉਂ ਫਿਰ ਇੰਨਾ ਔਖਾ ਸ਼ੇਰ ਚੁਣ ਕੇ ਉਹ ਲੈਣਾ ਤੂੰ ਔਖਾ ਚਾਹ ਹੈ ਤੇ ਚਾਰ ਲੈਣਾ ਤਾਂ ਸੀ ਐਂਡ ਵੀ ਇਸ ਤਰ੍ਹਾਂ ਕਰਿਆ ਕਰਨ ਤੂੰ ਐਸਾ ਹੈ ਤੋ ਐਸਾ ਕੈਸਾ ਲਗਾ ਇਹ ਹੁੰਦਾ ਤੂੰ ਅੜਦਾ 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 ਐਂਡ ਤੇ ਕਿ ਤੂੰ ਤਮਿਲ ਗਾਣੇ ਤੇ ਡਾਂਸ ਕਰਨਾ ਸ਼ੁਰੂ ਕਰ ਦੇਣਾ ਦੋ ਲਾਈਨੇ ਅਰਜ਼ ਕਰ ਰਹੀ ਹੂੰ ਹੈਂ ਦੋ ਲਾਈਨੇ ਮੂੰਹ ਤੱਕ ਤੇ ਕਰਤੀ ਹੋਣੀ ਆ ਤੂੰ ਮੈਂ ਜਿਹੜੇ ਜੇ ਗਲੇ ਚ ਤੇ ਆ ਗਈ ਹੈ ਚਿੱਠੀ ਸਜਣਾ ਦੀ ਆਈ ਆ ਗਈ ਚਿੱਠੀ ਲਓ ਜੀ ਅੱਜ ਬੜੇ ਚਿਰਾਂ ਪਿੱਛੋਂ ਸਾਨੂੰ ਲੱਭ ਗਈ ਖੁਦਾਈ ਲੱਭ ਗਈ ਖੁਦਾਈ ਅੱਜ ਬੜੇ ਚਿਰਾਂ ਪਿੱਛੋਂ ਚਿੱਠੀ ਸਜਣਾ ਦੀ ਆਈ ਅੱਜ ਬੜੇ ਚਿਰਾਂ ਪਿੱਛੋਂ ਅੱਗੇ ਕਿਉਂ ਨਹੀਂ ਆਈ ਕਿਆ ਬਾਤ ਅੱਗੇ ਤੇਰੇ ਵਰਗਾ ਲੈਟਰ ਬਾਕਸ ਨਹੀਂ ਸੀ ਨਾ ਮੂੰਹ ਵਾਲਾ ਤਾਂ ਨਹੀਂ ਆਈ ਅੱਗੇ ਖਲੋ ਜਾ ਇੱਕ ਮਿੰਟ ਸਰ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਰ ਇੱਕ ਤਾਂ ਮੈਂ ਤੁਹਾਡੀ ਤਾਰੀਫ ਕਰਨੀ ਚਾਹਾਂਗਾ ਕਰਦੇ ਜੀ ਕਿ ਤੁਹਾਡੀ ਆਵਾਜ਼ ਕਿਆ ਬਾਤ ਹੈ ਇੰਨੀ ਮਿਠਾਸ ਹੈ ਔਰ ਦੂਸਰੀ ਮੈਂ ਬੁਰਾਈ ਕਰਨਾ ਚਾਹਾਂ ਕਿਆ ਤੁਹਾਡੀ ਸ਼ਗਲ ਹੈ ਤੁਹਾਨੂੰ ਆਹੀ ਮਿਲੀ ਹੈ ਮਾਤ ਜ਼ਹਿਮਤ ਕਾਲੀ ਨਾਮ ਹੈ ਜੀ ਮੇਰਾ ਜ਼ਹਿਮਤ ਕਾਲੀ ਇੱਕ ਤਾਂ ਤੁਸੀਂ ਜ਼ਹਿਮਤ ਵੈਸੇ ਬਹੁਤ ਕੀਤੀ ਹੈ ਤੇ ਕਾਲੀ ਜਿੰਨੀ ਤੁਹਾਡੇ ਘਰਦਿਆਂ ਨੇ ਕੀਤੀ ਉਹ ਦੇਖ ਰਹੀ ਹੈ ਦੇਖੋ ਜੀ ਐਡੀ ਕਾਲੀ ਕਰਨ ਦੀ ਕੀ ਲੋੜ ਸੀ ਉਦਾਂ ਕਾਲੀ ਦੀ ਕੋਈ ਗੱਲ ਨਹੀਂ ਹੈ ਰੁਕ ਜਾਂਦੇ ਥੋੜੇ ਦਿਨ ਕਿਉਂ ਇਹ ਰਹਿਮਤ ਕਾਲੀ ਜੀ ਇਹ ਰਹਿਮਤ ਕਾਲੀ ਕਿਹਨੇ ਕੀਤੀ ਹੈ ਦੱਸੋ ਮੜਾ ਜੀ ਕਿਹੜੀ ਰਹਿਮਤ ਵਾਹ ਆਪਣਾ ਵੋਲਿਊਮ ਚੁੱਕੋ ਤੁਹਾਨੂੰ ਕੀ ਤੁਹਾਡਾ ਵੋਲਿਊਮ ਆ ਪਰ ਖਰਾਬ ਹੈ ਬਹਿ ਬਹਿ ਕੇ ਆਵਾਜ਼ ਵੀ ਬੈਠ ਗਈ ਹੈ ਵਾਹ 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 ਤੇ ਬਹਿ ਬਹਿ ਕੇ ਲੋ ਫਿਰ ਇੱਕ ਇੱਕ ਮਿੰਟ ਇੱਕ ਸੈਕਿੰਡ ਰੁਕੋ ਸਾਡਾ ਫੋਨ ਆਇਆ ਮੈਂ ਇੱਕ ਸੈਕਿੰਡ ਹੈਲੋ 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 ਸਾਬੀ ਸਾਹਿਬ
ਨਲਕੇ ਚੋ ਸਪੇਨ ਚੋ ਅੱਛਾ ਅੱਛਾ ਸਪੇਨ ਉਧਰ ਆਪਾਂ ਡੇਰਾ ਬੱਸੀ ਅੱਲੀ ਲਾਇਆ ਸੀ ਪ੍ਰੋਗਰਾਮ ਬਹੁਤ ਵਧੀਆ ਰਿਹਾ ਸੀ ਸਪੇਨ ਚ ਡੇਰਾ ਬੱਸੀ ਲਾਇਆ ਸੀ ਤੁਸੀਂ ਪ੍ਰੋਗਰਾਮ ਹਾਂਜੀ ਹਾਂਜੀ ਕਾਫੀ ਬਹੁਤ ਵਧੀਆ ਸ਼ਾਨਦਾਰ ਪ੍ਰੋਗਰਾਮ ਆਡੀਅੰਸ ਹੀ ਬਹੁਤ ਪਿਆਰੀ ਸੀ ਆਨੰਦ ਨਾਲ ਸੁਣਦੀ ਸੀਗੀ ਆਨੰਦ ਨਹੀਂ ਆਨੰਦ ਤਿੰਨ ਚਾਰ ਨਾਲ ਬੰਦੇ ਆਏ ਸੀ ਜਿਹਨਾਂ ਨਾਮ ਆਨੰਦ ਸੀ ਬੜਾ ਵਧੀਆ ਪ੍ਰੋਗਰਾਮ ਰਿਹਾ ਜੀ ਖਾਣਾ ਪੀਣਾ ਵੀ ਅੱਛਾ ਸੀਗਾ ਸਾਰੇ ਕੌਫੀ ਵਗੈਰਾ ਆਈ ਸਾਰੇ ਸਟੇਜ ਜਿੰਨੇ ਮਤਲਬ ਗਜ਼ਲ ਵਾਲੇ ਸੀ ਸਾਰੇ ਤਾਰੀਫ ਕਰ ਰਹੇ ਸਪੇਨ ਹਾਂਜੀ ਹਾਂਜੀ ਹੈਲੋ ਹਾਂਜੀ 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 ਪਾਲੀ ਸਾਹਿਬ ਮੈਂ ਜੋਣੇ ਲਈ ਗੱਲ ਸੁਣਾਉਣਾ ਇੱਕ ਜਦੋਂ ਨਾ ਜੋਣਾ ਪੈਦਾ ਹੋਇਆ ਨਾ ਜੋਣਾ ਪੈਦਾ ਜੋਣੇ ਦੇ ਤਾਂ ਨੈਣੇ ਸੱਤ ਅੱਠ ਸਾਲਾਂ ਬਾਅਦ ਨਿਕਲੇ ਉਹ ਆਇਆ ਨੀ ਜਿੱਦਾਂ ਹਵਾਈ ਜਹਾਜ਼ ਦੇ ਟਾਇਰ ਨੀ ਨਿਕਲਦੇ ਬਾਹਰ ਅੱਛੀ ਗੱਲ ਇੱਕ ਹੋਰ ਇੱਕ ਹੋਰ ਫਰਿਸ਼ਤੇ ਨਾ ਉਹ ਰੱਬ ਤੋਂ ਗਏ ਵੀ ਇਹਦੇ ਚ ਜਾਨ ਪਾਉਣੀ ਹੈ ਕਿ ਤਸਮੇ ਪਾਉਣੇ ਆ ਅੱਛਾ ਦੋਨੋ ਜੁਗਤਾਂ ਤੁਸੀਂ ਸੁਣੀਆਂ ਹੋਈਆਂ ਤੇ ਦੋਨੋ ਮਾਰੀਆਂ ਇੱਥੇ ਹੈ ਗਾਂ ਦੀਆਂ ਫਾਰਵਰਡ ਕਰਤੀਆਂ ਸਾਨੂੰ ਉਹ ਫਿਰ ਅਗਲਾ ਪ੍ਰੋਗਰਾਮ ਪੋਸਟਪੋਨ ਕਰਕੇ ਉਹਨਾਂ ਨੇ 20 ਸਾਲ ਬਾਅਦ ਰੱਖਿਆ ਇਹ ਸਾਬੀ ਜੀ ਤੁਸੀਂ ਉਹੀ ਹੈ ਜਿਨ੍ਹਾਂ ਦੇ ਗੁੱਠੇ ਤੇ ਲਾਈਟ ਡਿੱਗੀ ਸੀ ਤੇ ਪੇਨ ਹੋ ਗਈ ਸੀ ਤੇ ਸਪੇਨ 'ਚ ਰਹਿਣ ਲੱਗ ਗਏ ਸੀ ਇਹਨਾਂ ਗੱਲਾਂ ਕਰਕੇ ਤੁਸੀਂ ਗਾਇਕ ਹਾਲੇ ਤੱਕ ਯਾਦ ਰੱਖਿਆ ਦੇਖ ਲਓ ਨੇ ਬਸ 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 ਦੇਖ ਲਓ ਜੀ ਬਸ ਸ਼ਕਲ ਨਹੀਂ ਸੀ ਯਾਦ ਮੈਨੂੰ ਤੇ ਆਪਣੇ ਵੀ ਆਪਣੇ ਜਮਨ ਗਾਲੀ ਵੀਰ ਉਹ ਯਾਰ ਮੇਰਾ ਵੀਰ ਵਧੀਆ ਜਿਹਾ ਗਾਣਾ ਸੁਣਾ ਦੋ ਪਲੀਜ਼ ਨਾ ਗਾਣਾ ਨਹੀਂ ਮਾਰਾ ਮੇਰੇ ਖਿਆਲ ਨਾਲ ਉਹ ਗਜ਼ਲ ਗਾਇਕ ਨੇ ਸ਼ਾਇਦ ਜੀ ਜੀ ਕੋਈ ਗੱਲ ਨੀ ਆਪਾਂ ਗਾਣੇ ਵੀ ਗਜ਼ਲ ਦੇ ਵਿੱਚ ਥੋੜੇ ਬਹੁਤੇ ਕਰ ਦਿਆਂਗੇ ਤੁਹਾਡੀ ਫਰਮਾਇਸ਼ ਪੂਰੀ ਹੋ ਜਾਏਗੀ ਸਾਬੀ ਸਾਹਿਬ ਕੋਈ ਐਸੀ ਗੱਲ ਨੀ ਕਹਿ ਰਹੇ ਬੜੀ ਮਿਹਰਬਾਨੀ ਬੜਾ ਥੈਂਕ ਯੂ ਆਓ ਜੀ ਆਓ ਫਿਰ ਆਓ ਲਓ ਜੀ ਜ਼ਹਿਮਤ ਅਲੀ ਸਾਹਿਬ ਕੀ ਜ਼ਹਿਮਤ ਅਲੀ ਸਾਹਿਬ ਜਹਿਮਤ ਕਾਲੀ ਜੀ ਖੜ ਜਾਂਦੇ ਨਾ ਕਾਲੀਆਂ ਚੀਜ਼ਾਂ ਦੂਰ ਭੱਜ ਜਾਂਦੀਆਂ ਮੈਂ ਉਹੀ ਕਹਿ ਰਿਹਾ ਸੀ ਜਹਿਮਤ ਇੱਕ ਹੀ ਕਾਲੀ ਚੀਜ਼ ਹੋਊਗੀ ਸਿਰ ਵੈਸੇ ਜੇ ਇਹਨਾਂ ਦੇ ਮੱਥੇ ਤੇ ਟਿੱਕਾ ਲਾ ਕੇ ਕਮਰੇ 'ਚ ਛੱਡ ਦਿੱਤਾ ਉਹਨੇ ਸਾਰੇ ਚੂਹੇ ਬਾਹਰ ਭੱਜ ਜਾਣ ਕਮਰੇ 'ਚੋਂ ਇਹਨਾਂ ਦੀ ਸ਼ਕਲ ਦੇਖ ਕੇ ਸਿਰ ਗੱਲ ਵੀ ਠੀਕ ਹੈ ਨਹੀਂ ਠੀਕ ਕਿੱਦਾਂ ਦੀ ਗੱਲ ਮੈਂ ਨਕਲੀ ਪੂਛ ਲਵਾਉਣੀ ਹੈ ਨੇ ਮੇਰੀ ਮੇਰੀ ਗੱਲ ਸੁਣੋ ਜ਼ਹਿਨਤ ਨਾਲੀ ਜੀ ਮੈਂ ਤੁਹਾਨੂੰ ਨਾਲੀ ਨਹੀਂ ਜੀ ਹਾਂਜੀ ਕਾਲੀ ਹਾਂਜੀ ਸ਼ਬਦ ਦਾ ਇਦਾਂ ਜਿਦਾਂ ਨਾਲੀ ਡੱਕਾ ਲੱਗਦਾ ਛੋਟੇ ਚ ਕਹਿ ਲਓ ਮੈਂ ਸੁਣਾਉਣਾ ਚਾਹਾਂਗਾ ਜੀ ਦੋ ਲਾਈਨਾਂ ਵਾਹ ਵਾਹ ਪਰ ਮੈਂ ਤੁਹਾਡੀ ਆਵਾਜ਼ ਦਾ ਫੈਨ ਹੋ ਗਿਆ ਸਰ ਇਹ ਗੱਲ ਤਾਂ ਪੱਕੀ ਹੈ ਮਤਲਬ ਜਦੋਂ ਤੁਸੀਂ ਐਂਟਰ ਕੀਤੇ ਮੈਨੂੰ ਬੜਾ ਅੱਛਾ ਲੱਗਾ ਕਿਹੜੇ ਫੈਨ ਹੋ ਹੈ ਛੁਰੀਆਂ ਵਾਲਾ ਪੱਖਾ ਕਿ ਉੱਪਰ ਵਾਲਾ ਪੱਖਾ ਬਿਨਾਂ ਖੰਭਾਂ ਵਾਲਾ ਬਿਨਾਂ ਖੰਭਾਂ ਵਾਲਾ ਕਿਹੜਾ ਪੱਖਾ ਹੁੰਦਾ ਓਏ ਬਸ ਹੈ ਬਿਨਾਂ ਖੰਭਾਂ ਵਾਲਾ ਹੀ ਹੈ ਇਹਨੇ ਸਿਰ ਘਰ ਚ ਲਵਾਇਆ ਚਲੋ ਇਹੀ ਵਾਲਾ ਹੋਣਾ ਜਿਹੜਾ ਇਹਨੇ ਕਹਿਤਾ ਆ ਪਹਿਲੀ ਵਾਰੀ ਮੈਨੂੰ ਤੇਰੀ ਗੱਲ ਦੇ ਕੇ ਕਰਨੀ ਮੈਂ ਜਿੰਦੇ ਲਾਈ ਤੇਰੇ ਨਾਮ ਵੇ ਡੋਲਾ ਤੁਸੀਂ ਕਰੀਮ ਲਾਈ ਹੁੰਦੀ ਨਾ ਤੁਹਾਨੂੰ ਜ਼ਿਆਦਾ ਇਫੈਕਟ ਪੈਣਾ ਸੀ ਸਰ ਮੇਰੀ ਕਵਾਲੀ ਦੇ ਵਿੱਚ ਅੱਛਾ ਤੁਸੀਂ ਕਵਾਲੀ ਕਰਦੇ ਜਾਂ ਗਜ਼ਲ ਦੇ ਵਿੱਚ ਜਾਂ ਕੋਈ ਗਾਣੇ ਦੇ ਵਿੱਚ ਕੋਈ ਵੀ ਬੋਲੇ ਮੈਨੂੰ ਚੰਗਾ ਨਹੀਂ ਲੱਗਦਾ ਵਾਹ ਵਾਹ ਸਾਨੂੰ ਤੁਹਾਡੀ ਸ਼ਕਲ ਚੰਗੀ ਨਹੀਂ ਲੱਗਦੀ
ਦੱਸੋ ਦੋਨਾਂ ਚ ਕਿਹੜਾ ਕੰਮ ਕਰ ਸਕਦੇ? ਇੱਕ ਮੈਂ ਜਿੰਦੇ ਇੱਥੇ ਰੱਖ ਲੈਣਾ।